मोदी सरकार मुर्दाबाद, पंजाब सरकार मुर्दाबाद, पंजाब सरकार मुर्दाबाद। तुम पर दिंदे कुछ नहीं जेड़ा नहीं मित्र सिंह नाल लड़दे। ਕਿੱਥੇ ਲੈ ਕੇ ਜਾਵੇ ਪਰਾਲੀ? ਅਸੀਂ ਤਾਂ ਕਹਿੰਦੇ ਸਰ ਸਾਨੂੰ, ਅਸੀਂ ਪਰਾਲੀ ਕੀ ਕਰਨੀ, ਅਸੀਂ ਝੋਨਾ ਵੱਢ ਲੈਣੇ, ਪਰਾਲੀ ਲੈ ਜਾਵੇ ਸਰਕਾਰ ਚੱਕ ਕੇ। ਸਾਡੇ ਖੇਤਾਂ ਦੇ ਵਿੱਚ ਪਰਚੇ ਕੱਟਣ ਆਉਣਗੇ ਤਾਂ ਅਸੀਂ ਆਪ ਨਾਲ ਹੋ ਕੇ ਕਿਸਾਨ ਜਥੇਬੰਦੀਆਂ ਵਾਲੇ ਅਸੀਂ ਖੇਤਾਂ ਦੇ ਵਿੱਚ ਅੱਗ ਲਵਾਵਾਂਗੇ, ਜਿਹਨੇ ਰੋਕਣਾ ਫਿਰ ਰੋਕ ਲਵੇ। ਅਸੀਂ ਪਿਛਲੇ 3 ਸਾਲ ਕਿਸੇ ਵੀ ਜ਼ਿਮੀਦਾਰ ਨੇ ਅੱਗ ਨਹੀਂ ਲਾਈ, ਸਾਰਿਆਂ ਨੇ ਇੰਪਲੀਮੈਂਟ ਲਾਏ, ਪਰ ਅਸੀਂ ਰੋਸ ਵਜੋਂ ਐਤਕੀ ਅੱਗਾਂ ਲਾਵਾਂਗੇ। ਇਹਨਾਂ ਦਾ ਕੋਈ ਵੀ ਨੁਮਾਇੰਦਾ ਸਾਡੇ ਖੇਤਾਂ 'ਚ ਆਉਂਦਾ ਅਸੀਂ ਉਹਦੀ ਦੁਰਦਸ਼ਾ ਕਰਾਂਗੇ। ਬਾਕੀ ਅਸੀਂ ਵੀ, ਸਾਡੇ ਵੀ ਬੱਚੇ ਆ, ਸਾਨੂੰ ਵੀ ਪਤਾ ਆ ਵੀ ਜਦ ਧੂੰਆਂ ਜੇ ਖਤਰਨਾਕ, ਪਹਿਲਾਂ ਅਸੀਂ ਬਿਮਾਰ ਹੋਵਾਂਗੇ, ਪਹਿਲਾਂ ਸਾਡੇ ਬੱਚਿਆਂ 'ਤੇ ਅਸਰ ਹੋਊਗਾ, ਦਿੱਲੀ ਬਾਅਦ 'ਚ ਹੋਊਗਾ। ਦੁਸ਼ਹਿਰਾ ਆਉਣ ਵਾਲਾ ਆ, ਇਸ 'ਤੇ ਵੀ ਤੁਹਾਡਾ ਕੋਈ ਪ੍ਰੋਗਰਾਮ ਲੀਕਿਆ ਹੋਇਆ? ਰਾਵਣ ਦੇ ਰੂਪ 'ਚ ਅਸੀਂ ਮੋਦੀ ਦਾ ਬੁੱਤ ਬਣਾਵਾਂਗੇ, ਅਮਿਤ ਸ਼ਾਹ ਅਤੇ ਜੋ ਵੀ ਆ ਸਾਡੀਆਂ ਪੰਜਾਬ ਸਰਕਾਰਾਂ ਦੇ ਵੀ ਅਸੀਂ ਨਾਲ ਪੁਤਲੇ ਫੂਕਾਂਗੇ। ਸਾਂਝਾ ਮੁੱਦਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਅੱਜ ਅਸੀਂ ਪਹੁੰਚੇ SBS ਨਗਰ, ਜਿਹੜਾ ਕਿ ਨਵਾਂ ਸ਼ਹਿਰ ਦੇ ਨੇੜੇ ਪੈਂਦਾ ਆ, ਔਰ ਅੱਜ ਇੱਥੇ ਕਿਸਾਨਾਂ ਵੱਲੋਂ ਬਹੁਤ ਤਕੜਾ ਹੰਗਾਮਾ ਕੀਤਾ ਗਿਆ ਆ। ਮੁੱਦਾ ਇਹ ਹੈ ਕਿ ਇੱਥੇ ਕਿਸਾਨਾਂ ਵੱਲੋਂ ਕੁਝ ਅਫਸਰਸ਼ਾਹੀ ਦਾ ਘਿਰਾਓ ਕੀਤਾ ਗਿਆ, ਜਿਹੜੇ ਕਿ ਬਿਜਲੀ ਮਹਿਕਮੇ ਵੱਲੋਂ ਭੇਜੇ ਗਏ ਸਨ। ਮੁੱਦਾ ਇਹ ਹੋਇਆ ਕਿ ਇੱਥੇ ਲਾਗਲੇ ਹੀ ਸਾਡੇ ਇੱਕ ਖੇਤ ਹੈਗੇ ਨੇ, ਇੱਥੇ ਉਹਨਾਂ ਖੇਤਾਂ ਦੇ ਵਿੱਚ ਅੱਗ ਲਗਾਈ ਜਾ ਰਹੀ ਸੀਗੀ, ਜਿਸ ਨੂੰ ਰੋਕਣ ਲਈ ਇੱਥੇ ਅਫਸਰਸ਼ਾਹੀ ਜਿਹੜੀ ਪਹੁੰਚੀ ਹੈਗੀ, ਨਾਲ ਪੁਲਿਸ ਪ੍ਰਸ਼ਾਸਨ ਵੀ ਇੱਥੇ ਮੌਕੇ 'ਤੇ ਮੌਜੂਦ ਹੈਗਾ। ਪਰ ਕਿਸਾਨਾਂ ਵੱਲੋਂ ਇਹਨਾਂ ਦਾ ਘਿਰਾਓ ਕੀਤਾ ਗਿਆ। ਕਿਸਾਨਾਂ ਦਾ ਇਹ ਕਹਿਣਾ ਕਿ ਇੱਥੇ ਇਹਨਾਂ ਵੱਲੋਂ ਇਹਨਾਂ ਅਫਸਰਾਂ ਨੂੰ ਪਹਿਲਾਂ ਵੀ ਵਾਰਨ ਕੀਤਾ ਗਿਆ ਸੀਗਾ ਵੀ ਇਹ ਇਹਨਾਂ ਦੇ ਧਰਨਿਆਂ ਨੂੰ ਨਾ ਰੋਕਣ, ਜਿਹੜੇ ਖੇਤਾਂ ਨੂੰ ਜਿਹੜੀ ਹੈਗੀ ਇਹ ਅੱਗ ਲਗਾਉਣ ਜਾ ਰਹੇ ਆ, ਉਹਨਾਂ ਨੂੰ ਨਾ ਰੋਕਿਆ ਜਾਵੇ। ਪਰ ਇਹਨਾਂ ਅਫਸਰਸ਼ਾਹੀ ਵੱਲੋਂ ਜਿਹੜਾ ਹੈਗਾ ਲਗਾਤਾਰ ਚਲਾਨ ਕੱਟੇ ਜਾ ਰਹੇ ਆ, ਉਹਨਾਂ ਚਲਾਨਾਂ ਦੇ ਵਿਰੋਧ ਦੇ ਵਿੱਚ ਜਿਹੜੇ ਇੱਥੇ ਕਿਸਾਨ ਆਗੂ ਜਿਹੜੇ ਹੈਗੇ ਇਕੱਠੇ ਹੋਏ ਆ, ਕਿਸਾਨਾਂ ਨੇ ਇੱਥੇ ਵੱਡਾ ਹਜੂਮ ਜਿਹੜਾ ਹੈਗਾ ਇਕੱਠ ਕੀਤਾ ਆ, ਔਰ ਅਫਸਰਾਂ ਨੂੰ ਘੇਰਿਆ ਹੋਇਆ। ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਹੈਗੇ ਆ ਆਪਣਾ ਅਫਸਰ ਜਿਹੜੇ ਘੇਰ ਕੇ ਬਿਠਾਏ ਹੋਏ ਨੇ। ਗੱਲਬਾਤ ਕਰਾਂਗੇ, ਸਾਡੇ ਨਾਲ ਇੱਥੇ ਕਿਸਾਨ ਆਗੂ ਵੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਅੱਛਾ ਭਾਜੀ, ਇੱਥੇ ਕੀ ਕਾਰਵਾਈ ਚੱਲ ਰਹੀ ਆ ਇਸ ਵੇਲੇ? ਭਾਜੀ ਇੱਥੇ ਸਾਡਾ ਧਰਨਾ ਲੱਗਾ ਹੋਇਆ ਬ੍ਰਾਉਨ ਟੂਲ ਪਲਾਜ਼ੇ, ਤੁਹਾਨੂੰ ਪਤਾ ਹੀ ਆ। ਇੱਥੇ ਅਫਸਰ ਇੱਥੋਂ ਦੇਤੀ ਵੀ ਸੂਚਨਾ ਕਿਸੇ ਨੇ ਅੱਗ ਲਗਾਈ ਹੋਈ ਆ। ਇੱਥੇ ਬਿਜਲੀ ਮਹਿਕਮੇ ਦੇ ਅਫਸਰ, ਉੱਤੋਂ ਖੇਤੀਬਾੜੀ ਵਾਲਿਆਂ ਨੇ ਬਿਜਲੀ ਮਹਿਕਮੇ ਦੇ ਅਫਸਰ ਭੇਜ ਦਿੱਤੇ ਨਜਾਇਜ਼ ਤੌਰ 'ਤੇ। ਇਹਨਾਂ ਨੂੰ ਇਹ ਨਹੀਂ ਦੱਸਦਾ ਪੰਜਾਬ ਇਸ ਟਾਈਮ ਕਿੱਦਾਂ ਬਲ ਰਿਹਾ, ਤਪ ਰਿਹਾ, ਤਾਂ ਅਸੀਂ ਇਹਦੇ ਪਰਾਲੀਆਂ ਦੇ ਅੱਗ ਲਾਉਣ 'ਤੇ ਇਹ ਲੋਕ ਸਾਨੂੰ ਭੇਜ ਰਹੇ, ਇੱਥੋਂ ਰੋਕ ਰਹੇ ਆ ਕੇ। ਵੈਸੇ ਅੱਗ ਲਗਾਉਣ ਦਾ ਕਾਰਨ ਕੀ ਰਿਹਾ? ਅੱਗ ਲਗਾਉਣ ਦਾ ਭਾਜੀ ਦੇਖੋ, ਜ਼ਿਮੀਦਾਰ ਨੂੰ ਕਿੱਥੇ ਲੈ ਕੇ ਜਾਵੇ ਪਰਾਲੀ? ਅਸੀਂ ਤਾਂ ਕਹਿੰਦੇ ਸਰ ਸਾਨੂੰ, ਅਸੀਂ ਪਰਾਲੀ ਕੀ ਕਰਨੀ, ਅਸੀਂ ਝੋਨਾ ਵੱਢ ਲੈਣੇ, ਪਰਾਲੀ ਲੈ ਜਾਵੇ ਸਰਕਾਰ ਚੱਕ ਕੇ, ਲੈ ਜਾਵੇ ਸਾਡੇ ਖੇਤਾਂ 'ਚੋਂ ਫ੍ਰੀ ਲੈ ਜਾਵੇ। ਅਸੀਂ ਕਿੱਥੇ ਲੈ ਕੇ ਜਾਈਏ? ਜਾਂ ਸਾਨੂੰ ਖੇਤ ਦੀ ਕੋਈ ਸਬਸਿਡੀ ਦਿਓ, ਸਾਨੂੰ ਪੈਸੇ ਦਿਓ ਸਾਡੇ, ਜਾਂ ਅਸੀਂ ਇਹਨੂੰ ਸਾਂਭ ਸਕੀਏ। ਅਸੀਂ ਇਹ ਪਰਾਲੀ ਕਿੱਥੇ ਲੈ ਕੇ ਜਾਈਏ? ਦੱਸੋ, ਇੰਨੀ ਖੇਤ ਅਸੀਂ ਵਾਹ ਨਹੀਂ ਸਕਦੇ। ਇਹ ਕਿੰਨੇ ਕਿੰਨੇ ਵਾਰ ਅਸੀਂ ਖੇਤ ਵਾਹੀਏ, ਕਿੱਡੀ ਕਿੱਡੀ ਇਹਨਾਂ ਦੀ ਪਰਾਲੀ ਹੁੰਦੀ ਆ, ਕਿੱਥੇ ਲੈ ਕੇ ਜਾਈਏ ਅਸੀਂ? ਜਾਂ ਸਰਕਾਰ ਸਾਨੂੰ ਕੋਈ ਕੰਪਨਸੇਸ਼ਨ ਦੇਵੇ, ਕਿੱਲੇ ਦੇ ਮੁਆਵਜ਼ਾ ਦੇਵੇ, ਜਾਂ ਸਾਨੂੰ ਫਿਰ ਅਸੀਂ ਪਰਾਲੀ, ਅਸੀਂ ਤਾਂ ਕਹਿੰਦੇ ਲੈ ਜਾਣ ਪਰਾਲੀ ਸਰਕਾਰ ਨੂੰ, ਐਡੀ ਪਰਾਲੀ ਦੀ ਹੈਗਾ ਹੇਜ ਤਾਂ ਲੈ ਜਾਓ ਇਕੱਠੀ ਕਰਕੇ। ਹੁਣ ਦਿੱਲੀ ਦੇ ਵਿੱਚ ਤੁਸੀਂ ਦੇਖਿਆ, ਹੁਣ ਉੱਥੇ ਅਜੇ ਤੱਕ ਕਿਸਾਨਾਂ ਨੇ ਅੱਗ ਨਹੀਂ ਨਾ ਲਾਈ ਪੰਜਾਬ ਦੇ ਵਿੱਚ, ਉੱਥੇ ਹੁਣ ਦੇਖਿਆ ਕਿੰਨਾ ਪ੍ਰਦੂਸ਼ਣ ਵਧਿਆ ਹੋਇਆ, ਤੁਸੀਂ ਵੀ ਖਬਰਾਂ ਦੇ ਵਿੱਚ ਦੇਖਿਆ ਹੋਣਾ। ਉਹ ਪ੍ਰਦੂਸ਼ਣ ਕਿੱਥੋਂ ਆ ਗਿਆ? ਅੱਗੇ ਤਾਂ ਆ ਜਾਂਦਾ ਸੀ ਪ੍ਰਦੂਸ਼ਣ, ਕਹਿੰਦੇ ਸੀ ਕਿਸਾਨਾਂ ਦੀ ਪਰਾਲੀ ਦੇ ਧੂੰਏ ਦਾ ਆ, ਹੁਣ ਉਹ ਪ੍ਰਦੂਸ਼ਣ ਕਿੱਥੋਂ ਆ ਗਿਆ ਇੱਥੇ? ਇਹ ਸਾਰਾ ਹਾਂ ਜਿਹੜਾ ਦੁਸਹਿਰਾ ਮੰਨਣਾ ਰਾਵਣ ਲੂਣਾ ਉਹਦੇ ਵਿੱਚ ਤੁਸੀਂ, ਹਾਂਜੀ ਹਾਂਜੀ ਬਿਲਕੁਲ ਉਹੀ ਮੈਂ ਕਹਿ ਰਿਹਾ। ਹੈਲੋ ਭਾਜੀ, ਜਿਹੜੇ ਕੱਲ ਨੂੰ ਰਾਵਣ ਲੂਏ ਜਾਣੇ ਦੁਸਹਿਰੇ ਦੇ, ਉਹਨਾਂ ਨੂੰ ਵੀ ਰੋਕੋ, ਉਹੀ ਪ੍ਰਦੂਸ਼ਣ ਹੈਗਾ। ਇਹ ਤਾਂ ਸਾਡੀ ਮੇਰੀ ਤਾਂ ਇਹ ਮੇਰਾ ਇਹ ਪ੍ਰਸ਼ਨ ਆ ਸਰਕਾਰਾਂ ਨੂੰ, ਅੱਜ ਹੁਣ ਅਜੇ ਇਸ ਟਾਈਮ ਪੰਜਾਬ ਦੇ ਵਿੱਚ ਵਾਢੀ ਵੀ ਪੂਰੀ ਚੱਲ ਰਹੀ ਆ, ਅਜੇ ਤਾਂ ਕਿਸੇ ਨੇ ਅੱਗ ਨਹੀਂ ਲਗਾਈ। ਉਹ ਦਿੱਲੀ ਦਾ ਪ੍ਰਦੂਸ਼ਣ ਦਾ ਸਤਰ ਇਸ ਟਾਈਮ ਕਿੰਨੇ ਦੇਖਿਆ ਵਧਿਆ ਹੋਇਆ ਤੁਸੀਂ, ਉਹ ਕਿੱਦਾਂ ਵੱਧ ਗਿਆ? ਅੱਗੇ ਪੰਜਾਬ ਦਾ ਨਾਂ ਲਾ ਦਿੰਦੇ ਸੀ ਧੂੰਏ ਦਾ, ਸੋ ਅਸੀਂ ਇਹ ਪਰਾਲੀ ਸਰਕਾਰ ਨੂੰ ਅਸੀਂ ਤਾਂ ਅੱਗ ਲਾਵਾਂਗੇ। ਮੈਂ ਇਹ ਦੱਸਣਾ ਚਾਹੁੰਦਾ ਕਿ ਪਿੰਡ ਜੱਸੋ ਮਜਾਰਾ ਆ, ਇਹਦੇ ਲਾਗੇ ਹੀ ਬਰਾਮ ਟੂਲ ਡੈਕਸ ਦੇ ਉੱਤੇ ਅਸੀਂ 16 ਦਿਨ ਤੋਂ ਧਰਨਾ ਲਾ ਕੇ ਬੈਠੇ ਹਾਂ ਮੋਦੀ ਦੇ ਖਿਲਾਫ। ਇਹ ਬੰਦੇ ਅੱਜ ਉਸ ਸਾਡੇ ਕੱਲ੍ਹ ਇਹ ਬੰਦੇ ਦੋਨੋਂ ਹੀ ਇਹੀ ਬੰਦੇ ਇਹ ਕੱਲ੍ਹ ਭਰੋਲੀ ਪਿੰਡ ਦੇ ਵਿੱਚ ਜਿਹੜਾ ਲਾਗੇ ਸਾਡੇ ਪਿੰਡ ਆ ਉੱਥੇ ਗਏ ਆ, ਅੱਗ ਲਾਈਓ ਸੀ, ਚਲਾਨ ਕੱਟਣ ਗਏ ਆ। ਅਸੀਂ ਇਹਨਾਂ ਨੂੰ ਉੱਥੇ ਵੀ ਇਹ ਗੱਲ ਕਹੀ ਆ ਵੀ ਤੁਹਾਡੇ ਸੁਪਰੀਮ ਕੋਰਟ ਨੇ ਤੁਹਾਨੂੰ ਇਹ ਹਦਾਇਤ ਕੀਤੀ ਹੋਈ ਆ ਕਿ ਜੇ ਜ਼ਿਮੀਦਾਰ ਨੂੰ ਤੁਸੀਂ ਅੱਗ ਲਾਉਣ ਤੋਂ ਰੋਕਣਾ ਚਾਹੁੰਦੇ ਆ ਤਾਂ ਤੁਸੀਂ ਉਸ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 2500 ਰੁਪਈਆ ਮੁਆਵਜ਼ਾ ਦਿਓ, ਉਸ ਤੋਂ ਬਾਅਦ ਤੁਸੀਂ ਉਹਨੂੰ ਰੋਕ ਸਕਦੇ ਆ ਅੱਗ ਲਾਉਣ ਤੋਂ। ਤਾਂ ਅਸੀਂ ਇਹਨੂੰ ਪੁੱਛਿਆ ਵੀ ਤੁਸੀਂ ਆ ਚਲਾਨ ਬੁੱਕ, ਪਹਿਲਾਂ ਸਾਨੂੰ ਕਹਿੰਦੇ ਵੀ ਅਸੀਂ ਕੋਈ ਦੂਸਰਾ ਨਹੀਂ ਹੈਗਾ ਸਾਡੇ ਕੋਲ, ਸਿੰਪਲ ਕਹਿੰਦੇ ਕਾਪੀ ਆ, ਅਸੀਂ ਤਾਂ ਵੈਸੇ ਹੀ ਆਏ ਹਾਂ।
फिर जो इन्होंने दसिया फिर इन्हों को असी चलान बुक बराबद की इन्हों की आ चलान बुक ये 15-15 हज़ार के चलान आ जोड़े कट रहे हैं लोगों के ये देखो आ जी चलान बुक है इन्हों ये 15-15 हज़ार के चलान कट रहे हैं जिमीदारा कि इतने पंजाब वासी भोलिया कोई लगातार एक महीने के उपर हो गया टाइम पंजाब के किसान सड़कों के उपर मार्च ला के बैठे आ रोस मोर्चे ला के बैठे असी असी इस चीज़ तो दुखी हाँ पर असी इस बार ये ऐलान करना चाहते हाँ भी जे प्रशासन साड़ियां मंगां नहीं मनता प्रशासन इन्हां दी हमायत करदा आ ये साढ़े खेतों के धरने साढ़े खेतों के परचे कट्टण आउणगे तां असी आप नाल हो के किसान जथेबंदियां वाले असी खेतों के अग लवावांगे जिन्हें रोकना फिर रोक लवे भाई थोड़ा की कहना इहदे बारे बिल्कुल जी तुहानू जिवें कि दीदा ही है पंजाब तो पहले ही दबिया पिया है रात का जो मोदी ने बयान देता उहदे नाल तां होर किसानां दे अंदर रोस भर गया ये साढ़े रोस न मतलब शांत की करना सी इन्होंने वो उत्ते साढ़े जिमीदार ने अग्गा लाइया असं लावे असी पिछले 3 साल किसी भी जिमीदार ने अग नहीं लाई सारे ने इंप्लीमेंट लाए पर असी रोस वजो ऐतकी अग्गा लावे इन्हों का कोई भी नुमाइंदा साढ़े खेतों चाहता असी दुर्दशा करांगे इन्हों कल असी पिंड भरौली विखे अलाट किया उत्थे इन्होंने चलान कटिया 2500 रुपया चलान का वापस भी कराया इन्हों तो और इन्हों असी कहा भी तुम पिंड नहीं आना किसी ने भी साड़ी भारतीय किसान यूनियन दुआबा दे नुमाइंदे हाँ असी उन्हों वालों इन्हों असी अलाट किया गया अलाट करने के बावजूद अच्छ फिर पिंड जसों मुजारा आए जी असी इन्हों मतलब बख्शांगे नहीं जिते भी आने इन्हों की असी दुर्दशा बुरी करांगे कल कल की तरीक जिदा कि हुण दुशहरा आने वाला आ इस ते भी थोड़ा कोई प्रोग्राम लीकिया होया बिल्कुल जी असी मोदी के पुतले फूकांगे जी रावण के रूप च असी मोदी का बुत बनावांगे अमित शाह ते जो भी है साडियां पंजाब सरकारां दे भी असी नाल पुतले फूकांगे हर पिंड हर वर्ग हर महल्ले भाजी तुसीं एक चीज समझो भी एक चीज़ तुसी समझो भी जे असी जिमीदार एक महीने तो असी अपने काम कार छड़ के असी किसान जो मोदी ने 3 ऑर्डीनेंस लियांदे उन्हां दे खिलाफ असी रेलां रोकियां सारा कुछ किया एक पासे दा कैप्टन सरकार साडी हमायत कर रही है भी मैं तुहाडे विरुद्ध ये मते लिया के तो सानू कहिंदी आ भी साडे नाल आ दूजे पासे इदां दे जिहड़े काम आ करके जिमीदारां नूं तुसी मैनूं इह दसो भी असी इह नहीं कहिंदे भी असी अग लाउणी आ असी क्योंकि सह इस प्रदूषण के असी भी लेना है ये कला धुआं दिल्ली वाले नू नहीं चढ़ना ये धुआं सानू पहला सहना पैना है फिर ये धुआं जाके दिल्ली पहुँचना असी ये चीज़ मंग करते हैं भी जां तां प्रशासन आ साडे खड़े नाड़ दे विच इहदी बहाई करके इहनू कणक बीजण दे योग खेत साडा तैयार कर दे नहीं तां सानू प्रति एकड़ जो सुप्रीम कोर्ट की हदायत आ 2500 रुपया मुआवजा दे ते नहीं जे दोनों मंगा नहीं मनदी तां असी किसान जथेबंदी दे साडा भारतीय किसान यूनियन दुआबा दे असी झंडे दे थले हरेक पिंड दे विच हरेक जिले दे विच जाके अग लवावांगे जिन्हें रोकना फिर रोक लवे। साडे नाल इत्थे किसान वीर मौजूद ने जिन्हां ने अपने खेत नूं अग लगाई आ उन्हां ते कुछ अफसर भी कार्रवाई करन पहुंचे सीगे जानदे आ उन्हां तों भी की होया सीगा असल दे विच मसला की हैगा। अच्छा भाई दसो भी की मसला वापरिया इत्थे मसला असीं अग लाईओ सीगी ਉਹ ਆ ਕੇ ਆਪਾਂ ਪੁੱਛਣ ਲੱਗੇ ਵੀ ਅੱਗ ਕਾਹਲੀ ਲਾਈ ਆ ਮੈਂ ਕਿਹਾ ਸਾਡੀ ਖੇਤਾਂ 'ਚ ਪਰਾਲੀ ਨਹੀਂ ਬਾਹ ਸਕਦੇ ਅਸੀਂ ਬਾਹੁੰਦੇ ਹਾਂ ਪਰਾਲੀ ਖੱਤਾ ਫੇਰ ਵੀ ਨਹੀਂ ਤਿਆਰ ਹੁੰਦਾ ਅਤੇ ਉਦੋਂ ਬਾਅਦ 3 ਸਾਲ ਅਸੀਂ ਅੱਗ ਨਹੀਂ ਲਾਈ ਉਦੋਂ ਬਾਅਦ ਸਾਡੇ ਦੁਆਬਾ ਯੂਨੀਅਨ ਕਿਸਾਨ ਯੂਨੀਅਨ ਦੁਆਬਿਆਂ ਨੇ ਫੈਸਲਾ ਅਸੀਂ ਕੀਤਾ ਆ ਵੀ ਅੱਗ ਮੋਦੀ ਦੇ ਕੋਲ ਪਹੁੰਚਾਵਾਂਗੇ ਮਤਲਬ ਕੀ ਕਾਰਨ ਕੀ ਦੱਸੋਗੇ ਵੀ ਆਪਾਂ ਇਸ ਵਾਰ ਅੱਗ ਲਗਾ ਰਹੇ ਹਾਂ ਪਹਿਲਾਂ 3 ਸਾਲ ਨਹੀਂ ਲਗਾਈ ਕੀ ਕਾਰਨ ਕੀ ਹੈਗਾ ਇੱਧਰ ਦੇਖੋ ਜੀ ਉਹ ਟਰੈਕਟਰ ਚੱਲ ਰਿਹਾ ਮੇਰਾ ਉਹ 3 ਵਾਰ ਤਵੀਆਂ ਨਾਲ ਵਾਹ ਚੁੱਕੇ ਹਾਂ ਹਜੇ ਤੱਕ ਵੀ ਖੱਤਾ ਤਿਆਰ ਨਹੀਂ ਹੋਇਆ ਅੱਗ ਲਾਈਓ ਆ ਫਿਰ ਵੀ 3 ਵਾਰ ਖੱਤਾ ਤਿਆਰ ਨਹੀਂ ਹੋਇਆ ਜੇ 4ਵੀਂ ਵਾਰ ਵਾਵਾਂ ਕਿੰਨੀ ਵਾਰ ਵਾਹੀ ਜਾਵਾਂਗੇ ਜੇ ਪਰਾਲੀ ਵਿੱਚ ਹੋਵੇ ਫਿਰ ਤਾਂ ਹੋਣਾ ਹੀ ਨਹੀਂ ਤਿਆਰ ਉਹ ਵੀ ਤੁਹਾਨੂੰ ਵਾਹ ਕੇ ਦਿਖਾ ਦਿੰਦੇ ਨੇ ਕਿਸਾਨ ਆਪਣਾ ਸਰਕਾਰਾਂ ਜਿਹੜੀਆਂ ਕਹਿੰਦੀਆਂ ਹੈਗੀਆਂ ਕਿ ਆਪਾਂ ਕਿਸਾਨਾਂ ਨੂੰ ਉਹ ਉਹਨਾਂ ਦੇ ਖੇਤ ਜਿਹੜੇ ਹੈਗੇ ਵਾਹਣ ਲਈ ਮੁਆਵਜ਼ਾ ਦੇਵਾਂਗੇ ਕੀ ਤੁਹਾਨੂੰ ਅੱਜ ਤੱਕ ਮੁਆਵਜ਼ਾ ਮਿਲਿਆ ਆ ਮੈਂ 3 ਵਾਰ ਪੇਪਰ ਭਰ ਚੁੱਕਾਂ ਜੀ 1 ਵਾਰੀ ਮੁਆਵਜ਼ਾ ਨਹੀਂ ਆਇਆ 3 ਵਾਰ ਪੇਪਰ ਭਰੇ ਆ ਹਾਂਜੀ ਅਤੇ ਹੁਣ ਦੀ ਅੱਗੇ ਦੀ ਤੁਹਾਡੀ ਰਣਨੀਤੀ ਕੀ ਹੈਗੀ ਹੈ ਮਤਲਬ ਇਹ ਤਾਂ ਅਫਸਰ ਜਿਹੜੇ ਹੈਗੇ ਇਸ ਵੇਲੇ ਉਹਨਾਂ ਨੂੰ ਕਿੱਥੇ ਬਹਾ ਲਿਆ ਗਿਆ ਹੈ ਅਫਸਰਾਂ ਨੂੰ ਸਾਡੀ ਜਥੇਬੰਦੀ ਆਈਆਂ ਕਿਸਾਨ ਜਥੇਬੰਦੀਆਂ ਉਹਨਾਂ ਦੇ ਕੋਲ ਬੈਠੇ ਆ ਅਤੇ ਅਸੀਂ ਗਾਹਾਂ ਵੀ ਅੱਗ ਲਾਉਣੀ ਆ ਅਤੇ ਲਾਵਾਂਗੇ ਮਤਲਬ ਕਿਸਾਨ ਜਿਹੜਾ ਹੈ ਇਸ ਵਾਰ ਹਾਰ ਕੇ ਬੈਠਾ ਵੀ ਇਸ ਵਾਰ ਉਹਨਾਂ ਨੇ ਆਪਦੇ ਖੇਤਾਂ ਨੂੰ ਅੱਗ ਲਗਾਉਣੀ ਹੈਗੀ ਹੈ ਔਰ ਜਿਵੇਂ ਕਿ ਤੁਸੀਂ ਕਿਹਾ ਵੀ ਪਹਿਲਾਂ 3 ਸਾਲ ਨਹੀਂ ਲਗਾਈ ਹਾਂਜੀ ਹੁਣ ਜਿਹੜਾ ਹੈਗਾ ਇਸ ਵੇਲੇ ਦਿੱਲੀ ਦੇ ਪ੍ਰਦੂਸ਼ਣ ਨੂੰ ਫਿਰ ਫਰਕ ਨਹੀਂ ਪਊਗਾ ਨਹੀਂ ਕੋਈ ਫਰਕ ਨਹੀਂ ਪਊਗਾ ਯਾਰ ਉਹ ਇੰਨਾ ਸਭ ਕੁਝ ਕਰਦੇ ਆ ਤਾਂ ਉੱਥੇ ਤਾਂ ਫਰਕ ਨਹੀਂ ਪੈਂਦਾ ਇੱਥੇ ਇਸ ਧੂਆਂ ਕੇ ਤਾਂ ਦਿੱਲੀ ਚਲ ਗਿਆ
ਇਹਦਾ ਇੱਕ ਮਿੰਟ ਵੀ ਨਹੀਂ ਹੈ ਧੂੰਆਂ ਰਹਿੰਦਾ ਇੱਥੇ, ਕਿਉਂਕਿ ਦਿੱਲੀ ਸਰਕਾਰ ਵਾਰ ਵਾਰ ਕਹਿੰਦੀ ਹੈ ਕਿ ਜੇਕਰ ਪੰਜਾਬ ਦੇ ਖੇਤਾਂ ਦੇ ਵਿੱਚ ਅੱਗ ਲੱਗਦੀ ਹੈਗੀ ਤਾਂ ਦਿੱਲੀ ਦੇ ਵਿੱਚ ਪੋਲਿਊਸ਼ਨ ਜਿਹੜਾ ਹੈਗਾ ਬਹੁਤ ਵੱਧ ਜਾਂਦਾ ਆ, ਪਰ ਇਸ ਵਾਰ ਤਾਂ ਹਜੇ ਮਤਲਬ ਦੇਖਿਆ ਜਾ ਰਿਹਾ ਕਿ ਬਹੁਤੇ ਹਜੇ ਖੇਤਾਂ ਨੂੰ ਅੱਗ ਨਹੀਂ ਲਗਾਈ ਹੈਗੀ ਕਿਸਾਨਾਂ ਨੇ, ਪਰ ਹੁਣ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਇਸ ਵਾਰ ਜਥੇਬੰਦੀਆਂ ਨੇ ਹੀ ਇਹ ਐਲਾਨ ਕਰ ਦਿੱਤਾ ਕਿ ਖੇਤਾਂ ਨੂੰ ਅੱਗ ਲਗਾਈ ਜਾਊਗੀ, ਇਹਦੇ ਨਾਲ ਸਿਹਤਾਂ 'ਤੇ ਫਰਕ ਨਹੀਂ ਪਊਗਾ? ਨਹੀਂ, ਕੋਈ ਸਿਹਤ 'ਤੇ ਫਰਕ ਨਹੀਂ ਪਊਗਾ ਜੀ। ਉਹ ਕਿਵੇਂ? ਲੋਕਡਾਊਨ ਦੇ ਵਿੱਚ ਗੱਡੀਆਂ ਬੰਦ ਹੋਈਆਂ ਸੀ, ਉਦੋਂ ਦਿੱਲੀ ਦਾ ਜਿਹੜਾ ਪੋਲਿਊਸ਼ਨ ਸਥਿਰ ਸੀ ਉਹ ਠੀਕ ਹੋਇਆ ਕਿ ਧੂੰਏ ਦੇ ਨਾਲ ਇੰਨਾ, ਇੱਥੇ ਤਾਂ ਧੂੰਏ ਨਾਲ ਹੁੰਦਾ ਕਿੰਨੀਆਂ, ਉੱਥੇ ਗੱਡੀਆਂ ਦਾ ਰੱਛ ਆ, ਉਸ ਵੇਲੇ ਉੱਥੇ ਕਿੰਨਾ ਪੋਲਿਊਸ਼ਨ ਸੀਗਾ ਹੁੰਦਾ ਆ, ਹੁਣ ਵੀ ਹੁਣ ਪਰਾਲੀ ਹੋਣ ਲੱਗਣ ਲੱਗੀ ਆ ਪੋਲਿਊਸ਼ਨ ਪਹਿਲਾਂ ਵਧਿਆ ਆ, ਇਸ ਕਰਕੇ ਪਰਾਲੀ ਦਾ ਪ੍ਰਦੂਸ਼ਣ ਜਿਹੜਾ ਥੋੜ੍ਹੇ ਚਿਰ ਦਾ ਧੂੰਆਂ ਹੁੰਦਾ ਹਵਾ ਜੋੜ ਕੇ ਨਿਕਲ ਜਾਂਦਾ ਆ, ਜਦੋਂ ਆ ਪਹਿਲਾਂ ਪ੍ਰਦੂਸ਼ਣ ਹੁੰਦਾ ਸੀ ਸਾਰਾ ਕਟਰ ਅੱਗ ਮਾਰ ਕੇ ਰੀਪਰ ਫੇਰ ਕੇ ਕਟਰ ਫੇਰ ਕੇ ਅੱਗ ਲਾਉਂਦੇ ਸੀ, ਉਹ ਧੂੰਆਂ ਹੁੰਦਾ ਸੀ, ਅਸੀਂ ਸਿਰਫ ਹੁਣ ਉੱਪਰ ਜਿਹੜੀ ਮਸ਼ੀਨ ਨੇ ਵੱਢ ਦਿੱਤਾ SMS ਲੱਗਾ ਆ, ਇੰਨੀ ਇੰਨੀ ਪਰਾਲੀ ਆ ਹਵਾ ਦੇ ਵਿੱਚ ਅੱਗ ਚਿੱਟਾ ਧੂੰਆਂ ਹੁੰਦਾ ਨਹੀਂ, ਇੱਕਦਮ ਅੱਗ ਲੱਗ ਜਾਂਦੀ ਆ, ਕੋਈ ਇੱਦਾਂ ਪ੍ਰਦੂਸ਼ਣ ਨਹੀਂ ਹੁੰਦਾ ਹੈਗਾ ਇਹਦਾ। ਬਾਕੀ ਜੇ ਅਸੀਂ ਵੀ ਸਾਡੇ ਵੀ ਬੱਚੇ ਆ, ਸਾਨੂੰ ਵੀ ਪਤਾ ਆ ਵੀ ਜਦ ਧੂੰਆਂ ਜੇ ਖਤਰਨਾਕ ਪਹਿਲਾਂ ਅਸੀਂ ਬਿਮਾਰ ਹੋਵਾਂਗੇ, ਪਹਿਲਾਂ ਸਾਡੇ ਬੱਚਿਆਂ 'ਤੇ ਅਸਰ ਹੋਊਗਾ, ਦਿੱਲੀ ਬਾਅਦ 'ਚ ਹੋਊਗਾ। ਸੋ ਇਹ ਸਾਨੂੰ ਉਹ ਕਿਸਾਨ ਵੀਰ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਇਹਨਾਂ ਨੇ ਆਪਦੇ ਖੇਤਾਂ ਨੂੰ ਅੱਗ ਲਗਾਈ ਹੈਗੀ ਆ, ਔਰ ਇਹਨਾਂ ਦੇ ਖੇਤਾਂ 'ਤੇ ਕਾਰਵਾਈ ਕਰਨ ਲਈ ਬਿਜਲੀ ਮਹਿਕਮੇ ਦੇ ਜਿਹੜੇ ਹੈਗੇ ਅਫਸਰ ਪਹੁੰਚੇ ਸੀਗੇ ਔਰ ਇਹਨਾਂ ਦਾ ਚਲਾਨ ਕੱਟਣ ਜਾ ਰਹੇ ਸੀਗੇ, ਜਿੱਥੇ ਕਿ ਦੁਆਬਾ ਕਿਸਾਨ ਯੂਨੀਅਨ ਨੇ ਆ ਕੇ ਵਿੱਚ ਖਲਲ ਪਾਇਆ, ਉਹਨਾਂ ਅਫਸਰਾਂ ਨੂੰ ਜਿਹੜਾ ਹੈਗਾ ਰੋਕਿਆ ਹੈਗਾ ਚਲਾਨ ਕੱਟਣ ਤੋਂ, ਔਰ ਨਾਲ ਹੀ ਨਾਲ ਉਹਨਾਂ ਦੀ ਘੇਰਾਬੰਦੀ ਕੀਤੀ ਆ, ਪੁਲਿਸ ਪ੍ਰਸ਼ਾਸਨ ਵੀ ਇੱਥੇ ਮੌਜੂਦ ਹੈਗਾ ਆ। ਕਿਸਾਨਾਂ ਦਾ ਕਹਿਣਾ ਹੈ ਕਿ ਜਦ ਇਹਨਾਂ ਨੇ 3 ਸਾਲ ਖੇਤਾਂ ਨੂੰ ਅੱਗ ਨਹੀਂ ਲਗਾਈ ਸੀਗੀ ਉਸ ਵੇਲੇ ਤਾਂ ਦਿੱਲੀ ਦੇ ਵਿੱਚ ਪੋਲਿਊਸ਼ਨ ਜਿਹੜਾ ਹੈਗਾ ਉਸ ਵੇਲੇ ਵੀ ਬਰਕਰਾਰ ਸੀਗਾ, ਪਰ ਇਸ ਵਾਰ ਜਿਹੜਾ ਇਹਨਾਂ ਦਾ ਅੱਗ ਲਗਾਉਣਾ ਹੈਗਾ ਉਹ ਕਿਤੇ ਨਾ ਕਿਤੇ ਜਾਇਜ਼ ਨਜ਼ਰ ਆ ਰਿਹਾ, ਕਿਉਂਕਿ ਬਹੁਤ ਲੰਬਾ ਸਮਾਂ ਹੋ ਗਿਆ ਇਹਨਾਂ ਨੂੰ ਧਰਨੇ ਦਿੰਦਿਆਂ ਮੁਜ਼ਾਹਰੇ ਕਰਦਿਆਂ, ਦਿੱਲੀ ਸਰਕਾਰ ਜਿਹੜੀ ਹੈਗੀ ਟਸ ਤੋਂ ਮਸ ਨਹੀਂ ਹੋ ਰਹੀ, ਕੇਂਦਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ, ਮੋਦੀ ਸਰਕਾਰ ਜਿਹੜੀ ਹੈਗੀ ਲਗਾਤਾਰ ਇਸ ਬਿਆਨ 'ਤੇ ਅੜੀ ਹੋਈ ਹੈ ਕਿ ਉਹ ਜਿਹੜੇ 3 ਆਰਡੀਨੈਂਸ ਹੈਗੇ ਉਹ ਪਾਸ ਕੀਤੇ ਹੋਏ ਨੇ ਉਹਨਾਂ ਨੂੰ ਰੱਦ ਨਹੀਂ ਕੀਤਾ ਜਾਊਗਾ, ਔਰ ਕਿਸਾਨ ਵੀ ਇਸੀ ਗੱਲ 'ਤੇ ਅੜੇ ਹੋਏ ਆ ਕਿ ਇਹ ਜਿਹੜੇ 3 ਆਰਡੀਨੈਂਸ ਉਹਨਾਂ ਵੱਲੋਂ ਪਾਸ ਕੀਤੇ ਗਏ ਹੈਗੇ ਉਹ ਰੱਦ ਕਰਵਾ ਕੇ ਹੀ ਰਹਿਣਗੇ, ਭਾਵੇਂ ਉਹਨਾਂ ਨੂੰ ਕਿਸੇ ਵੀ ਹੱਦ ਤੱਕ ਜਾਣਾ ਪੈ ਜਾਵੇ। ਜੇ ਇੱਕ ਪੰਜਾਬ ਦੇ ਕੇਸ ਖੇਤਾਂ ਦੇ ਵਿੱਚ ਜੇ ਇਹ ਅੱਗ ਲਗਾ ਰਹੇ ਆ ਤਾਂ ਇਸ ਦਾ ਧੂੰਆਂ ਉਹ ਦਿੱਲੀ ਪਹੁੰਚਾ ਕੇ ਰਹਿਣਗੇ, ਭਾਵੇਂ ਉਹਦੇ ਨਾਲ ਜਿੰਨਾ ਮਰਜ਼ੀ ਵੱਡਾ ਸੰਘਰਸ਼ ਇਹਨਾਂ ਨੂੰ ਵਿੱਢਣਾ ਪੈ ਜਾਵੇ। ਮੈਂ ਨੀਰਜ, ਕੈਮਰਾਮੈਨ ਚਿਰਾਗ ਦੇ ਨਾਲ, ਸਾਂਝਾ ਮੁੱਦਾ। ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਰਾਏ ਜੁਝਾਰ, ਤੁਸੀਂ ਦੇਖ ਰਹੇ ਹੋ ਹੱਕ ਸੱਚ ਦਾ ਸਾਂਝਾ ਮੁਹਾਜ, ਸਾਂਝਾ ਮੁੱਦਾ। ਥੈਂਕ ਯੂ ਸੋ ਮਚ।